ਬਹੁਤ ਹੀ ਸਤਿਕਾਰਤ ਸ਼ਖਸੀਅਤਾਂ, ਪਤਵੰਤੇ ਸੱਜਣ ਸੰਗਤੀ ਰੂਪ ਦੇ ਵਿੱਚ ਸਾਹਮਣੇ ਸਜੇ ਬੈਠੇ ਹੋ। ਸਾਹਿਬ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਪਾਵਨ ਅਸਥਾਨ ਤੇ ਕਵਿਤਾ ਕਹਿਣ ਜਾ ਰਿਹਾ ਹਾਂ। ਗੱਜ ਕੇ ਫਤਿਹ ਬੁਲਾਇਓ, ਜਿੱਥੇ ਜੈਕਾਰਾ ਛੱਡਣ ਨੂੰ ਦਿਲ ਕਰੇ, ਚੜ੍ਹਦੀ ਕਲਾ ਦਾ ਜੈਕਾਰਾ, ਚੜ੍ਹਦੀ ਕਲਾ ਦਾ ਹੁੰਗਾਰਾ, ਇਹ ਕਿਰਪਾਲਤਾ ਕਰਨੀ ਜੀ। ਸਾਹਿਬਾਂ ਦੇ ਚਰਨਾਂ ਚ ਪਾਵਨ ਇਤਿਹਾਸਕ ਸਥਾਨ ਤੇ ਸਜੇ ਬੈਠੇ ਹਾਂ। ਗੱਜ ਕੇ ਫਤਿਹ ਬੁਲਾਇਓ, ਢਿੱਲੀ ਜੀ ਨੀ, ਵਾਹਿਗੁਰੂ ਜੀ ਕਾ ਖਾਲਸਾ। ਅੱਜ ਦੀ ਜਿਹੜੀ ਕਵਿਤਾ ਕਹਿਣ ਜਾ ਰਿਹਾ ਸਰਲੇਖ ਹੈ, ਮੀਰੀ ਪੀਰੀ ਦੀਆਂ ਪਹਿਣ ਕੇ ਦੋ ਤੇਗਾਂ ਬੈਠੇ ਪਾਤਸ਼ਾਹ ਤਖਤ ਅਕਾਲ ਉੱਤੇ। ਨੂਰ ਸਾਹਿਬ ਕੇ ਰੱਬੀ ਰਹਿਮਤਾਂ ਧੁਰੋਂ ਸੀ ਕੋਈ ਹੋਈਆਂ, ਰੱਬੀ ਰਹਿਮਤਾਂ ਧੁਰੋਂ ਸੀ ਕੋਈ ਹੋਈਆਂ, ਗੁਰੂ ਅਰਜਨ ਦੇ ਲਾਡਲੇ ਲਾਲ ਉੱਤੇ ਜਿਹੜੇ ਤੱਕਦੇ ਤੱਕਦੇ ਹੀ ਰਹਿ ਜਾਂਦੇ, ਨੂਰੀ ਚਿਹਰੇ ਤੇ ਚੜੇ ਜਲਾਲ ਉੱਤੇ। ਪੰਚਮ ਪਿਤਾ ਜੀ ਜਦੋਂ ਸ਼ਹੀਦ ਹੋਏ, ਪੈ ਗਈ ਵਿਪਤਾ ਸੀ ਨੌ ਨਿਹਾਲ ਉੱਤੇ, ਤੇ ਦੋ ਤੇਗਾਂ ਸਜਾ ਕੇ ਆਪ ਹੱਥੀ ਬਾਬੇ ਬੁੱਢੇ ਨੇ ਸਮੇਂ ਦੀ ਨਬਜ਼ ਫੜ ਕੇ ਮਾਰੀ ਨਜ਼ਰ ਸੀ ਸਮੇਂ ਦੀ ਚਾਲ ਉੱਤੇ, ਦੋ ਤੇਗਾਂ ਸਜਾ ਕੇ ਆਪ ਹੱਥੀ ਸਿਰ ਸਜਾਈ ਦਸਤਾਰ ਸੀ ਬਾਲ ਉੱਤੇ। ਆ ਮੀਰੀ ਪੀਰੀ ਦੀਆਂ ਪਹਿਣ ਕੇ ਦੋ ਤੇਗਾਂ ਬੈਠੇ ਪਾਤਸ਼ਾਹ ਤਖਤ ਅਕਾਲ ਉੱਤੇ। ਤੇ ਬਹਿ ਕੇ ਗੁਰ ਗੱਦੀ ਛੇਵੇਂ ਪਾਤਸ਼ਾਹ ਜੀ, ਬਹਿ ਕੇ ਗੁਰ ਗੱਦੀ ਛੇਵੇਂ ਪਾਤਸ਼ਾਹ ਜੀ, ਪਾਵਨ ਗੁਰਮਤ ਦਾ ਕਰਨ ਪ੍ਰਚਾਰ ਲੱਗੇ। ਆ ਯੋਧੇ ਵੀਰਾਂ ਬਲਕਾਰਾਂ ਨੂੰ ਕਰ ਭਰਤੀ, ਸਿੱਖ ਫੌਜਾਂ ਸਨ ਕਰਨ ਤਿਆਰ ਲੱਗੇ। ਫਰਕਣ ਲੱਗ ਪਏ ਡੋਲੇ ਬਹਾਦਰਾਂ ਦੇ ਜਦੋਂ ਹੱਥਾਂ ਚ ਫੜਨ ਹਥਿਆਰ ਲੱਗੇ। ਦੁਸ਼ਟ ਰੂਹਾਂ ਨੂੰ ਮਾਰ ਮਕਾਉਣ ਦੇ ਲਈ ਸਿੱਖ ਕਰਨੀ ਉਦੋਂ ਮਾਰੋ ਮਾਰ ਲੱਗੇ। ਦੁਸ਼ਟ ਰੂਹਾਂ ਨੂੰ ਮਾਰ ਮਕਾਉਣ ਦੇ ਲਈ ਸਿੱਖ ਕਰਨੇ ਉਦੋਂ ਮਾਰੋ ਮਾਰ ਲੱਗੇ। ਦੇਣਾ ਇੱਟ ਦਾ ਹੁਣ ਜਵਾਬ ਪੱਥਰ, ਸਭ ਖਿਆਲਾਂ ਤੋਂ ਰੱਖਿਆ ਖਿਆਲ ਉੱਤੇ। ਆ ਮੀਰੀ ਪੀਰੀ ਦੀਆਂ ਪੈਣ ਕੇ ਦੋ ਤੇਗਾਂ ਬੈਠੇ ਪਾਤਸ਼ਾਹ ਤਖਤ ਅਕਾਲ ਉੱਤੇ। ਖਾਲਸਾ ਜੀ, ਢਾਡੀ ਕਮੀਆਂ ਨੂੰ ਗੁਰਾਂ ਫਰਮਾਨ ਕੀਤਾ, ਕੱਢੋ ਕੌਮ ਨੂੰ ਟੋਇਆਂ ਚੋਂ ਬਾਹਰ। ਹੁਣ ਤਾਂ ਢਾਡੀ ਕਮੀਆਂ ਨੂੰ ਕਵੀ ਸਹਿਬਾਨ, ਢਾਡੀ ਕਮੀਆਂ ਨੂੰ ਗੁਰਾਂ ਫਰਮਾਨ ਕੀਤਾ, ਕੱਢੋ ਕੌਮ ਨੂੰ ਟੋਇਆਂ ਤੋਂ ਬਾਹਰ। ਹੁਣ ਤਾਂ ਠੰਡਾ ਕੌਮ ਦਾ ਖੂਨ ਗਰਮਾਉਣ ਖਾਤਰ ਤੁਹਾਡੇ ਸਾਜਾਂ ਚੋਂ ਨਿਕਲੇ ਲਲਕਾਰ। ਹੁਣ ਤਾਂ ਮੁਰਦਾ ਅਣਖ ਚ ਜ਼ਿੰਦਗੀ ਪੈ ਜਾਵੇ, ਸਿੱਖ ਤੁਰ ਨੇ ਖੰਡੇ ਦੀ ਧਾਰ। ਹੁਣ ਤਾਂ ਉਹ ਢਾਡੀ ਨੱਥੇ ਅਬਦੁੱਲੇ ਨੂੰ ਕਿਹਾ, ਉਹਨਾਂ ਸੂਰ ਵੀਰਾਂ ਦੀ ਛੇੜੋ ਕੋਈ ਵਾਰ। ਹੁਣ ਤਾਂ ਢਾਡੀ ਨੱਥੇ ਅਬਦੁੱਲੇ ਨੂੰ ਕਿਹਾ, ਉਹਨਾਂ ਸੂਰ ਵੀਰਾਂ ਦੀ ਛੇੜੋ ਕੋਈ ਵਾਰ। ਹੁਣ ਤਾਂ ਨੱਚਣ ਸ਼ਮਾ ਤੇ ਵਾਂਗ ਪਰਵਾਨਿਆਂ ਦੇ, ਢੱਡ ਸਰੰਗੀ ਦੀ ਸੁਰ ਤੇ ਤਾਲ ਉੱਤੇ, ਤੇ ਮੀਰੀ ਪੀਰੀ ਦੀਆਂ ਪਹਿਣ ਕੇ
ਬਾਦਸ਼ਾਹ ਤਖਤ ਅਕਾਲ ਉੱਤੇ ਕਿ ਰਚਿਆ ਤਖਤ ਹਰਿਮੰਦਰ ਦੇ ਐਨ ਸਾਹਮਣੇ, ਰਚਿਆ ਤਖਤ ਹਰਿਮੰਦਰ ਦੇ ਐਨ ਸਾਹਮਣੇ, ਕੋਈ ਕਿਸੇ ਨੂੰ ਕਰ ਨਾ ਤੰਗ ਸਕੇ। ਹਰੀ ਮੰਦਰ ਦੀ ਗੋਦ ਵਿੱਚ ਸਿੱਖ ਬੈਠਾ, ਆਪਾਂ ਨਾਮ ਦੇ ਰੰਗ ਵਿੱਚ ਰੰਗ ਸਕੇ। ਅਕਾਲ ਤਖਤ ਸਾਹਮਣੇ ਸੁਣ ਕੇ ਸਿੱਖ ਵਾਰਾ ਛੇੜ ਜ਼ੁਲਮ ਵਿਰੁੱਧ ਹੁਣ ਜੰਗ ਸਕੇ। ਆ ਸੰਤ ਸਿਪਾਹੀਆਂ ਦੀ ਫੌਜ ਬਣਾਈ ਤਾਂ ਕਿ ਜ਼ਾਲਮ ਸ਼ਾਂਤੀ ਕਰਨਾ ਭੰਗ ਸਕੇ। ਸੰਤ ਸਿਪਾਹੀਆਂ ਦੀ ਫੌਜ ਬਣਾਈ ਤਾਂ ਕਿ ਜ਼ਾਲਮ ਸ਼ਾਂਤੀ ਕਰਨਾ ਭੰਗ ਸਕੇ। ਹਰ ਸਮੇਂ ਤੇ ਹਰ ਸਥਿਤੀ ਅੰਦਰ, ਹਰ ਸਮੇਂ ਤੇ ਹਰ ਸਥਿਤੀ ਅੰਦਰ ਰੱਖੀ ਔਰ ਸੀ ਦੀਨ ਦਿਆਲ ਉੱਤੇ ਮੇਰੀ ਪੀਰੀ ਦੀਆਂ ਪੈਣ ਕੇ ਦੋ ਤੇ ਗਾਂ ਬੈਠੇ ਪਾਤਸ਼ਾਹ ਤਖਤ ਅਕਾਲ ਉੱਤੇ। ਕਿ ਦੁਸ਼ਮਣ ਦਲਾਂ ਦੇ ਕਰਨ ਲਈ ਦੰਦ ਖੱਟੇ, ਲੋਹਗੜ੍ਹ ਦਾ ਕਿਲਾ ਉਸਾਰਿਆ ਸੀ। ਆ ਦੁਸ਼ਮਣ ਦਲਾਂ ਦੇ ਕਰਨ ਲਈ ਦੰਦ ਖੱਟੇ, ਲੋਹਗੜ੍ਹ ਦਾ ਕਿਲਾ ਉਸਾਰਿਆ ਸੀ। ਹੱਥੀ ਆਪਣੀ ਕਰਕੇ ਫੌਜ ਭਰਤੀ, ਮੀਰੀ ਪੀਰੀ ਸਿਧਾਂਤ ਉਭਾਰਿਆ ਸੀ। ਸੱਚ ਧਰਮ ਦੀ ਰੱਖਿਆ ਲਈ ਜਾਚਕ ਦੁਸ਼ਟਾਂ ਦੋਖੀਆਂ ਤਾਈਂ ਵੰਗਾਰਿਆ ਸੀ। ਤੇ ਜੰਗਾ ਚਾਰ ਜੋ ਲੜੀਆਂ ਸੀ ਪਾਤਸ਼ਾਹ ਨੇ, ਸੱਚ ਜਿੱਤਿਆ ਤੇ ਝੂਠ ਹਾਰਿਆ ਸੀ। ਤੇ ਗੁਰੂ ਸਾਹਿਬ ਤੇ ਗੁਰੂ ਦੇ ਲਾਡਲੇ ਸੁਪੁੱਤਰਾਂ ਦੇ ਦਰਸ਼ਨ ਕਰਿਓ ਕਿ ਸਭ ਨੂੰ ਮਾਣ ਸੀ ਆਪਣੀ ਤੇਗ ਉੱਤੇ, ਸਭ ਨੂੰ ਮਾਣ ਸੀ ਆਪਣੀ ਤੇਗ ਉੱਤੇ, ਤੇ ਸਭ ਨੂੰ ਮਾਣ ਸੀ ਆਪਣੀ ਢਾਲ ਉੱਤੇ। ਮੀਰੀ ਪੀਰੀ ਦੀਆਂ ਪੈਣ ਕੇ ਦੋ ਤੇਗਾਂ ਬੈਠੇ ਪਾਤਸ਼ਾਹ ਤਖਤ ਅਕਾਲ ਉੱਤੇ। ਤੋ ਆਖਰੀ ਬੰਦ ਇਸ ਕਵਿਤਾ ਦਾ ਕਿ ਨੀਂਹ ਰੱਖੀ ਸੀ ਸਤਿਗੁਰਾਂ ਆਪ ਹੱਥੀ, ਨੀਂਹ ਰੱਖੀ ਸੀ ਸਤਿਗੁਰਾਂ ਆਪ ਹੱਥੀ, ਪਾਵਨ ਪਰਮ ਪਵਿੱਤਰ ਕੋਈ ਥਾਂ ਹੈ ਮੀਰੀ ਰਹੇਗੀ ਪੀਰੀ ਦੇ ਸਾਏ ਥੱਲੇ, ਹਰਿਮੰਦਰ ਸਾਹਮਣੇ ਸਾਜਿਆ ਤਾਂ ਹੈ ਜਿੱਥੋਂ ਲੈਣੀ ਅਗਵਾਈ ਤੇ ਸੇਧ ਜਾਚਕ ਸਿੱਖ ਕੌਮ ਦਾ ਐਮ ਸਥਾਂ ਹੈ। ਓਏ ਤਾਂ ਦੇਣ ਵੜ ਮੁੱਲੀ ਹੈ ਪਾਤਸ਼ਾਹ ਦੀ ਪੰਥ ਖਾਲਸੇ ਦੀ ਜਿੰਦ ਜਾਂ ਹੈ। ਜਿੱਥੋਂ ਲੈਣੀ ਅਗਵਾਈ ਤੇ ਸੇਧ ਜਾਚਕ ਪੰਥ ਖਾਲਸੇ ਦੀ ਜਿੰਦ ਜਾਂ ਹੈ। ਤੇ ਕੈਰੀ ਅੱਖ ਨਾਲ ਵੇਖਿਆ ਜੇਸ ਇੱਧਰ, ਸਾਰਿਆਂ ਨੂੰ ਪਤਾ ਇਤਿਹਾਸ ਦਾ ਕਿ ਕੈਰੀ ਅੱਖ ਨਾਲ ਵੇਖਿਆ ਜੇਸ ਇੱਧਰ, ਉਹ ਤਾਂ ਚਲੇ ਗਿਆ ਸੀ ਨਾਲੋਂ ਨਾਲ ਉੱਤੇ ਅਮੀਰੀ ਪੀਰੀ ਦੀਆਂ ਪੈਣ ਕੇ ਦੋ ਤੇਗਾਂ ਬੈਠੇ ਪਾਤਸ਼ਾਹ ਤਖਤ ਅਕਾਲ ਉੱਤੇ। ਕੈਰੀ ਅੱਖ ਨਾਲ ਵੇਖਿਆ ਜੇ ਸਿਰ, ਉਹ ਤੇ ਚਲੇ ਗਿਆ ਸੀ ਨਾਲੋਂ ਨਾਲ ਉੱਤੇ। ਕੈਰੀ ਅੱਖ ਨਾਲ ਵੇਖਿਆ ਜੇ ਸਿਰ, ਉਹ ਤੇ ਚਲੇ ਗਿਆ ਸੀ ਨਾਲੋਂ ਨਾਲ ਉੱਤੇ। ਮੀਰੀ
ਜੀਆਂ ਪੈਣ ਕੇ ਦੋ ਤੇ ਗਾਂ ਛੇਵੇਂ ਪਾਤਸ਼ਾਹ ਬੈਠੇ ਤਖਤ ਅਕਾਲ ਉੱਤੇ ਗੱਜ ਕੇ ਫਤਿਹ ਬੁਲਾਓ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।